ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਵਿੰਡਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ, ਇੱਕ ਜਿਹੜੀ ਗੱਭਣ ਆ ਅਤੇ ਇੱਕ ਸੂਈ ਸਵਾਈ ਆ। ਤੁਹਾਨੂੰ ਇੱਕ ਜਰਸੀ ਸਾਹੀਵਾਲ ਕਰੋਸ ਇੱਕ ਤੁਹਾਨੂੰ ਦਿਖਾਉਣੀ ਆ, ਸਾਹੀਵਾਲ 'ਚ ਹੀ ਆ ਜਿਹੜੀ ਸਾਰੀ। ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ, ਹੁਣ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੋ? ਵਧੀਆ ਵਧੀਆ, ਤੁਸੀਂ ਦੱਸੋ? ਵਧੀਆ ਵਧੀਆ ਵਧੀਆ, ਕਿਰਪਾ ਪਰਮਾਤਮਾ ਦੀ ਵੀਰ ਜੀ। ਚਲੋ ਵਧੀਆ, ਕਿਰਪਾ ਚਾਹੀਦੀ ਜੀ। ਤੇ ਨਾਮ ਦੱਸ ਦਿਓ ਕਰੀ ਆਪਣਾ। ਵੀਰ ਜੀ ਗੁਰਪ੍ਰੀਤ, ਹਾਂਜੀ, ਚਵਿੰਡਾ ਕਲਾਂ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ ਦਿਓ ਕਰੀ। 9877-12612। ਠੀਕ ਹੈ, ਤੇ ਅੱਜ ਦੋ ਹੀ ਫਿਰ? ਹਾਂਜੀ ਦੋ ਹੈ ਵੀਰ ਜੀ, ਇੱਕ ਕੱਲ ਦੋ ਹੈਗੀਆਂ ਬੈਡਾਂ। ਅੱਛਾ, ਕੱਲ ਵੇਗੀਆਂ। ਠੀਕ ਹੈ, ਤੁਸੀਂ ਬਿਜੀ ਬੁਜੀ ਚੱਲਣ ਡਿਆ ਹੋ, ਤੁਹਾਨੂੰ ਪਤਾ ਲੋਹੜੀ ਦੇ ਕਰਕੇ ਚੱਲਣ ਡਿਆ ਪ੍ਰੋਗਰਾਮ। ਲੋਹੜੀ ਤੇ ਅਸੀਂ ਫਿਰ ਤੁਸੀਂ ਵੀ ਨਹੀਂ ਆ ਸਕੇ, ਤੇ ਚਲੋ ਘਰੋਂ ਲੋਨਕ ਮੇਲਾ ਕਰ ਲਈਦਾ ਵਾ। ਹਾਂਜੀ ਹਾਂਜੀ, ਠੀਕ ਹੈ, ਤੇ ਚਲੋ ਫਿਰ ਆਹੀ ਇਤੋਂ ਹੀ ਆਪਾਂ ਸ਼ੁਰੂਆਤ ਕਰ ਲਈਏ, ਹਨਾ। ਹਾਂਜੀ, ਪਹਿਲਾ ਸੂਆ ਵੀਰ ਜੀ ਵੇਖ ਜੋ ਇਹ। ਅੱਛਾ, ਪਹਿਲਾ ਹੀ ਸੂਆ ਜੀ? ਹਾਂਜੀ ਪਹਿਲਾ ਸੂਆ, ਵੇਖਣ ਦਾ ਦੂਜੇ ਨਹੀਂ ਲੱਗਦੀ ਇਤਰਾ? ਨਹੀਂ ਵੀਰ ਜੀ, ਪਹਿਲਾ ਹੀ ਸੂਆ ਜੋ ਪਲੂਣ ਵਿੱਚ ਹੀ ਆ। ਅੱਛਾ, 4 ਤੋਂ 5 ਦਿਨ ਹੋ ਗਏ ਜੋ ਮਤਲਬ ਸੂਈ ਨੂੰ ਇਹਨੂੰ। ਅੱਛਾ, 17-18 ਕਿਲੋ ਦੇ ਥੱਲੇ ਬੋਲੋ ਜੋ ਵੀਰ ਜੀ। ਅੱਛਾ, 17-18 ਲੀਟਰ ਤਿਆਰ ਆ ਮੌਕੇ ਤੇ? ਬਿਲਕੁਲ ਤਿਆਰ ਆ ਵੀਰ ਭਰਾ, ਕੋਈ ਆਵੇ ਚੋਗੇ ਆਪਣਾ ਤਸੱਲੀ ਕਰਕੇ ਖੜੇ। ਤੇ ਕਿੰਨਾ ਕੁ ਚਵਾਈ ਜਾਊਗੀ ਵੀਰ ਜੀ? 18 ਮਤਲਬ 17-18 ਕਿਲੋ ਹੋਣਾ, 20 ਤੋਂ ਪਲੱਸ ਹੀ ਵੀਰ ਜੀ ਰਸੀ ਦਊਗੀ ਦੁੱਧ। ਅੱਛਾ, ਹਾਂਜੀ 20 ਤੋਂ ਪਲੱਸ ਜਿਹੜਾ ਕਰ ਜੂਗੀ। ਹਾਂਜੀ ਹਾਂਜੀ, ਲਿਆ ਫਿਰ ਤੋਰ ਦਈਏ ਹਾਂ ਇੱਕ ਵਾਰੀ ਇਹਨੂੰ। ਬਾਕੀ ਵੀਰ ਜੀ ਠੰਡੀ ਸੀ ਲਿਆ। ਠੀਕ ਆ, ਬਾਕੀ ਸਾਹੀਵਾਲ 'ਚ ਆ ਜਿਹੜੀ ਥੱਲਿਓ ਜਿਹੜੀ ਚੰਗੀ ਤਿਆਰ ਹੋਈ ਆ, 17-18 ਲੀਟਰ ਜਿਹੜਾ ਮੌਕੇ 'ਤੇ ਤਿਆਰ ਦੱਸਦੇ ਆ, ਹਫ਼ਤੇ ਕੁ ਦੇ ਲਾਗੇ ਜਿਹੜਾ ਸੂਈ ਨੂੰ ਹੋਇਆ ਵਾ, ਅਤੇ 20 ਬਾਹਰ ਦੁੱਧ ਜਿਹੜਾ ਕਹਿੰਦੇ ਕਿ ਚਵਾ ਜੂਗੀ। ਬਾਕੀ ਥਣ ਵੀ ਕਾਫ਼ੀ ਚੰਗਾ ਲੱਗਾ ਜਿਹੜਾ ਇਹਦੇ ਕੋਲ, ਬਾਕੀ ਸੂਈ ਸਵਾਈ ਆ। ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜੇ। ਹਾਂ ਦੇਖ ਸਕਦੇ ਹਵਾ ਨਾ ਇਹਦਾ। ਬਾਕੀ ਵੀਰ ਜੀ ਥਣ ਥਣ ਬਹੁਤ ਚੰਗਾ ਮਸ਼ੀਨ ਲੱਗਾ, ਠੰਡੀ ਸੀਲ ਭਾਵੇਂ ਜਿਸ ਤਰ੍ਹਾਂ ਮਰਜ਼ੀ ਕਰੀ ਜਾਓ, ਇਸ ਤਰ੍ਹਾਂ ਹੀ ਬਹਿ ਜਾਓ ਥੱਲੇ ਭਾਵੇਂ। ਹਾਂਜੀ ਹਾਂਜੀ, ਥਣ ਥਣ ਵੀਰ ਪ੍ਰੀਤ ਜੀ ਵਿਖਾਓ, ਵੇਖੋ ਇਹੋ ਜਿਹਾ ਪਹਿਨਣਾ ਮਸ਼ੀਨਾਂ ਨੂੰ ਥਣ ਨਹੀਂ ਹੁੰਦਾ। ਠੀਕ ਹੈ ਜੀ, ਉੱਠੀ ਵਾਲਾ ਥਣ ਵੀਰ ਜੀ ਬਹੁਤ ਚੰਗਾ। ਹਾਂ ਦੇਖ ਸਕਦੇ, ਪਿੱਛੇ ਵੀ ਹਵਾ ਨਾ ਇਹਦਾ ਇੱਕ ਵਾਰੀ ਲੱਗ ਗਿਆ ਤਾਂ। ਤੇ ਚਵਾਈ ਰੱਸੀ ਪਾ ਕੇ ਕਰ ਦੇ ਗਏ ਉਤਰਾ ਹੀ? ਨਹੀਂ ਵੀਰ ਜੀ, ਮੰਗਾ ਪਾ ਕੇ ਮਾੜਾ ਜਿਹਾ ਕਰ ਲਈਦੀ ਆ, ਉਤਰਾ ਦੇ ਕਰਮਾਲੀ ਕੋਈ ਆਉਂਦੀ ਨਹੀਂ ਆ, ਪਰ ਫਿਰ ਵੀ ਚਲੋ ਥੋੜ੍ਹਾ ਜਿਹਾ ਮੰਗਾ ਪਾ ਲਈਦਾ। ਇਹ ਆ ਕਿ ਚਲੋ ਰੱਸੀ ਗਜਾਉਣੀ ਜ਼ਰੂਰੀ ਹੁੰਦੀ ਆ, ਮਰਜ਼ੀ ਹੱਥ ਹੁੱਥ ਲਾਈ ਆ ਕੋਈ ਨਾ, ਤੁਹਾਡੇ ਥੋੜ੍ਹੇ ਕੈਮਰੇ ਕਰਕੇ ਕਰਦੀ ਆ। ਤੇ ਆਹ ਮਗਰ ਵੱਛੀ ਆ ਇਹਦੇ, ਹਨਾ, ਆਹ ਮਗਰ ਵੱਛੀ ਆ ਇਹਦੇ। ਤੇ ਕੀ ਰੱਖੀਏ ਫਿਰ ਇਹਦਾ ਮੁੱਲ ਆਪਾਂ? ਬੋਲ ਵੀਰ ਜੀ, ਇਹਦਾ ਜਾਇਜ਼ ਹੀ ਆਪਾਂ ਕਰ ਦੇਣਾ ਲੈਣ ਦੇਣ ਵਾਲਾ ਜੀ। ਅੱਛਾ, 56,000 ਦੀ ਵੀਰ ਜੀ ਵੱਛੀ ਦੇ ਦਾਂਗੇ। 56,000 ਦੀ? ਹਾਂਜੀ, ਕਰ ਦੋ ਕਿ ਮਾਨਤਾਨ ਵਿੱਚੋਂ ਕਰ ਦਾਂਗੇ ਵੀਰ ਜੀ, ਤੁਸੀਂ ਦੱਸਣਾ ਜੋ ਕਰਾਉਣਾ ਕਰਾ ਸਕਦੇ ਹੋ। ਕਰ ਦਈਏ ਜਾਇਜ਼ ਜੀ, ਫਿਰ ਜਾਇਜ਼ ਹੀ ਕਰ ਦਾਂਗੇ ਵੀਰ ਜੀ। ਇੱਕੋ ਗੱਲ ਪੱਕੀ ਕਰ ਦਈਏ ਫਿਰ, ਪੱਕੀ ਕਰ ਦਈਏ ਜੀ, ਕੋਈ ਗੱਲ ਨਹੀਂ, ਪੂਰੇ 55,000 ਦੀ ਦੇ ਦਈਏ ਫਿਰ। ਐਡੀ ਵੱਛੀ ਵੀਰ ਜੀ 55,000 ਦੀ ਕੋਈ ਦਿੰਦਾ ਨਹੀਂ, ਚਲੋ ਤੁਸੀਂ ਕਹਿਤਾ ਤੇ ਕੋਈ ਗੱਲ ਨਹੀਂ, 55,000 ਦੀ ਦੇ ਦਾਂਗੇ। ਤੇ ਦੁੱਧ ਹੁਣ 17-18 ਲੀਟਰ ਘਰੋਂ ਜਿਹੜਾ ਚਵਾ ਦੋਗੇ? ਲੀਟਰ ਠੰਡਾ ਕਰਕੇ ਮਤਲਬ ਦੁੱਧ ਦੇ ਥੱਲੇ ਹੈਗਾ ਜੋ। ਠੀਕ ਆ, ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ, ਚੰਗੀ ਤਿਆਰ ਹੋਈ ਆ ਥੱਲੇ, ਆਹ ਦੇਖ ਸਕਦੇ ਗਾਂ ਵੀ ਚੰਗੀ ਤਿਆਰ ਹੋਈ ਆ ਤੇ ਪਛਾਣ ਵੀ ਚੰਗੀ ਤਿਆਰ ਹੋਈ ਆ। ਤੇ ਹੁਣ ਇੱਕ ਜਿਹੜੀ ਹੋਰ ਗੱਬਣ ਆ ਜਿਹੜੀ, ਅਜੇ ਗੱਬਣ ਆ ਵੀਰ ਜੀ, ਇਹ ਵੀ ਵੀਰ ਜੀ ਠੱਡੀ ਸੀਲ ਆ। ਅੱਛਾ, ਇਹ ਵੀਰ ਜੀ ਦੂਜਾ ਸੂਆ ਜੋ। ਠੀਕ ਆ, ਹਾਂਜੀ ਦੂਜਾ ਸੂਆ ਸੁਣੀ ਜੋ, ਕੋਈ ਇਹਦਾ ਦੂਸਰਾ ਸੂਆ ਜਿਸ ਤਰ੍ਹਾਂ ਮਰਜ਼ੀ ਥਣ ਥਣ ਚੈੱਕ ਕਰਾਓ ਵੀਰ ਜੀ। ਠੀਕ ਆ, ਮੁੱਠੀ ਵਾਲਾ ਥਾਣ ਹੈ ਇਹਦਾ ਵੀ, 10 ਤੋਂ 12 ਦਿਨ ਵੀਰ ਜੀ ਖੜਦੀ ਹੈ ਅਜੇ। ਅੱਛਾ, ਹਾਂਜੀ, ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਵੀਰ ਜੀ? ਘਰ ਵਾਲੇ ਦਾ ਤੇ ਪਹਿਲਾਂ ਤੇ ਥੱਲੇ 14-15 ਲੀਟਰ ਚੋਇਆ ਆ। ਅੱਛਾ, ਤੇ ਹੁਣ 17-18 ਦੇ ਵੀਰ ਜੀ ਅੱਗੋਂ ਮੌਸਮ ਚੰਗਾ ਆ। ਅੱਛਾ, 17-18 ਲੀਟਰ ਦੇ ਵੀਰ ਜੀ ਦੇਣਾ ਚਾਹੀਦਾ ਇਹਨੂੰ। ਬਾਕੀ ਹੈਗੇ ਆ ਵੀ ਜਰਸੀ ਕਰੋਸ ਚੀ ਆ, ਹਨਾ, ਜਰਸੀ ਕਰੋਸ ਜੇ ਵੀਰ ਜੀ ਆ ਪਿਓਰ। ਲਿਆ ਫਿਰ ਤੋਰੋ ਹਾਂ ਇੱਕ ਦਿਨ।
ਚੰਗੇ ਬੋਰੀ ਵੇਟ ਵਾਲੀ ਹੈ ਵੀ ਇਸ ਤਰ੍ਹਾਂ ਬਹੁਤ ਚੰਗੀ ਵੇਟ ਹੈ ਵੀਰ ਜੀ ਕੱਦ ਕਾਠ ਵੀ ਜਿਹੜਾ ਠੀਕ ਹੈ ਬਾਕੀ ਅਜੇ ਤਿਆਰ ਹੋਣਾ ਵਾ ਇੰਨੇ ਅਜੇ ਬਾਕੀ ਅੱਜ ਵੀ ਧੁੰਦ ਧੁੰਦ ਕਾਫੀ ਪੈ ਗਈ ਹੈ ਜਿਹੜੀ ਠੀਕ ਹੈ ਜੀ ਬਾਕੀ ਵੀਰ ਜੀ ਠੰਡੀ ਸੀਲ ਹੈ ਵੀ ਭਾਵੇਂ ਕੋਈ ਬੱਚਾ ਥੱਲੇ ਬੈਠਾ ਰਵੇ ਇਹ ਕੰਮ ਵਾਲੀ ਨੇ ਨੀ ਕਿਤੇ ਲੱਤ ਲਾਉਣੀ ਠੀਕ ਹੈ ਜੀ ਹਾਂਜੀ ਬਾਕੀ ਵੇਖੋ ਵੀਰ ਜੀ ਬਲ ਢਿੱਲਾਂ ਬੜੀਆਂ ਅਜੇ ਅਜੇ ਵੱਛੀ ਫੁੱਟ ਫੁੱਟ ਬਾਹਰ ਆਊਗੀ ਠੀਕ ਹੈ ਵੇਖੋ ਵੀਰ ਜੀ ਅਜੇ ਅਜੇ 10 ਤੋਂ 12 ਦਿਨ ਵੀਰ ਜੀ ਖੜੂਗੀ ਅਜੇ ਤੇ ਸਟਾਰਟਿੰਗ ਹੋਣ ਲੱਗੀ ਹੈ ਅਜੇ ਕੀ ਰੱਖੀਏ ਫਿਰ ਇਹਦਾ ਮੁੱਲ ਆਪਾਂ ਮੁੱਲ ਵੀਰ ਜੀ ਇਹਦਾ ਫੋਨ ਤੇ ਕਰ ਲਾਂਗੇ ਅੱਛਾ ਕਿਉਂਕਿ ਅਜੇ ਥੋੜੀ ਜਿਹੀ ਕੱਚੀ ਆ ਫਿਰ ਉਸ ਹਿਸਾਬ ਵੀਰ ਵਪਾਰੀ ਵੀਰ ਨੇ ਵੀ ਲੈਣੀ ਹੁੰਦੀ ਆ ਅੱਛਾ ਹੁਣ ਸ਼ਾਮ ਛੱਡ ਕੇ ਦੇ ਦੋਗੇ ਜਿਹੜੀ ਕਿ ਸ਼ਾਮ ਛੱਡ ਕੇ ਦੇ ਦਾਂਗੇ ਆਪਣੇ ਮੁੱਲ ਵੀਰ ਜੀ ਜਾਇਜ਼ ਹੀ ਹੁੰਦੇ ਤੁਹਾਨੂੰ ਪਤਾ ਵਹਿੜਾ ਵੀ ਚੰਗੀ ਹੁੰਦੇ ਆ ਮੁੱਲ ਵੀ ਜਾਇਜ਼ ਹੁੰਦੇ ਆ ਠੀਕ ਆ ਪਰ ਬਾਕੀ ਵੀਰ ਜੀ ਕੋਈ ਫੋਨ ਵੀਰ ਭਰਾ ਲਾਵੇ ਤੇ ਕਨੈਕਟ ਕਰ ਲੇ ਤੇ ਫੋਨ ਤੇ ਦੱਸ ਦੇ ਤੇ ਹੁਣ ਦੀ ਜਿਹੜੀ ਹੁਣ ਦੇ ਹਿਸਾਬ ਨਾਲ ਦੇ ਦੋਗੇ ਹੁਣ ਦੇ ਹਿਸਾਬ ਨਾਲ ਦੇ ਦਾਂਗੇ ਵੀਰ ਜੀ ਜੇ ਤਿਆਰ ਕਰਕੇ ਵਿੱਚ ਫਿਰ ਉਦੋਂ ਦਾ ਉਦੋਂ ਫਿਰ ਉਹ ਵੀਰ ਜੀ ਫਿਰ ਤੁਹਾਨੂੂੰ ਵੀ ਪਤਾ ਕਿ 10 ਦਿਨ ਸਾਂਭੀ ਤੇ ਫਿਰ ਖਰਚਾ ਤੇ ਲੱਗਦਾ ਹੀ ਆ ਹਾਂਜੀ 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 ਫਿਰ ਮੁੱਲ ਕੁਝ ਹੋਰ ਹੋ ਜੂਗਾ ਹੁਣ ਕੁਝ ਹੋ ਰਿਹਾ ਠੀਕ ਆ ਜੀ ਹਾਂਜੀ ਹਾਂਜੀ ਕੋਈ ਵੀਰ ਭਰਾ ਫੋਨ ਲਾਵੇ ਫੋਨ ਤੇ ਗੱਲ ਕਰ ਜਾਇਜ਼ ਹੀ ਦੇ ਦੇਓਗੇ ਜਿਹੜੀ ਜਾਇਜ਼ ਹੀ ਦੇ ਦਾਂਗੇ ਆਰਪੀ ਜੀ ਤੁਸੀਂ ਕਹਿਤਾ ਤੇ ਜਾਇਜ਼ ਹੀ ਦੇ ਦਾਂਗੇ ਜੇ ਕਰਾਉਣਾ ਤੇ ਕਰਾ ਲਓ ਭਾਵੇਂ ਚਲੋ ਕੋਈ ਨਹੀਂ ਹੁਣ ਜੇ ਤੁਸੀਂ ਕਹਿਤਾ ਤੇ ਕੋਈ ਗੱਲ ਨਹੀਂ ਹੋਰ ਕੁਝ ਕਹਿਣਾ ਫਿਰ ਬਸ ਵੀਰ ਜੀ ਬਸ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿਹੜੀ ਗੱਬਣ ਆ ਉਹ ਆਪਣੀ ਪਾਸ ਕਰਕੇ ਖੜੋ ਤੇ ਜਿਹੜੀ ਸੂਈ ਸਵਾਈ ਆ ਉਹਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।